सब तो पहली गल है कि जनाब ये चार बंदे अपने चुने गए इत्तफाकिया चुने इन्हें रोटी पास करनी है भावे चंगी पास कर दे जेड़ी इन्हें पास करती वो सारे खानी पौसी बस इतराज नहीं ठीक है ठीक है ठीक है सारे बने की हामी है ठीक हो गया। दूसरी गल आ गई इंतजाम 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 सोना उसी इंतजाम भी बंदे ये पास कर सकते ठीक है ठीक हो गया भावे थानू जित जिते मर्जी बहादुर रोटियां चखावा ठीक है यार गल ठीक हो गया। उस बाद तीसरी कड़ी गल रोटी एक बजे हाँ एक बजे रोटी शुरू हो जानी है अगर मुख अगर चली पाओ जितने तक मर्जी जाए ठीक है फिर शुरू होसी एक बजे भावे सर्दी होवे भावे गर्मी होवे उस बाद सब तो पहले औरतों रोटी खवाई जाए बच्चों समेत ठीक है उस बाद बंदे ने रोटी खवाई जाए अगर किसी ने जनाब लाड़े वाला बंदा जड़ा है अगर वो बरात ना ले जाना चाहता है फिर वो एडवांस दसी फोन च के फलाने बंदे नु मैं बरात नाल तैनू ले जाना है तो तू आदी तैयारी करके आनी जिन्हों बरात नाल नहीं ले जाना उन्हों बरात अल्लाह फसल नहीं आखना ਅਸਵਾਰੀ ਤਾਂ ਇੰਤਜ਼ਾਮ ਉਹ ਅਗਰ ਸਵਾਰੀ ਦਾ ਇੰਤਜ਼ਾਮ ਜਿਹੜਾ ਬੰਦਾ ਆਉਂਦਾ ਪਿਆ ਮੈਂ ਹੀ ਆਉਂਦਾ ਪਿਆ ਅਗਰ ਮੈਂ ਅੱਜ ਖੁਸ਼ੀ ਨਾਲ ਜੋ ਮਰਜ਼ੀ ਲਿਆਵਾਂ ਤਾਂ ਲੈ ਆਵਾਂ ਜੇ ਨਾ ਲਿਆਵਾਂ ਤਾਂ ਅਗਲਾ ਬੰਦਾ ਮੈਨੂੰ ਲੈ ਤੇ ਜਾ ਸੀ ਠੀਕ ਹੋ ਗਈ ਮੈਂ ਟਰਾਲੀ ਚਲਾ ਜੋ ਮਰਜ਼ੀ ਅੱਛਾ ਰਾਤ ਨੂੰ ਹੁਣ ਹੋ ਗਿਆ ਰਮਨ ਦਾ ਇੰਤਜ਼ਾਮ ਜਿਹੜੇ ਬੰਦੇ ਰਾਤ ਨੂੰ ਰਹਿ ਸਨ ਉਹਨਾਂ ਦਾ ਇੰਤਜ਼ਾਮ ਬਿਸਤਰਿਆਂ ਦਾ ਰਹਾਵਣ ਦਾ ਖਵਾਵਣ ਦਾ ਜੇ ਉਹ ਕਿਸੇ ਨੂੰ ਕੋਈ ਸ਼ਿਕਵਾ ਨਹੀਂ ਹੋਣਾ ਚਾਹੀਦਾ ਕਿ ਮੈਨੂੰ ਰਜ਼ਾਈ ਨਹੀਂ ਮਿਲੀ ਰਜ਼ਾਈ ਨਹੀਂ ਮਿਲੀ ਸਭ ਇਹ ਨਹੀਂ ਮਿਲੀ ਜਾਂ ਰੋਟੀ ਨਹੀਂ ਮਿਲੀ ਨਹੀਂ ਸ਼ਿਕਵਾ ਨਹੀਂ ਬਈ ਗੱਡਵੀ ਸ਼ਿਕ ਮਤਲਬ ਤੂੰ ਤਾਂ ਦੁੱਧ ਪੱਤੀ ਪੀ ਲੈ ਤਾਂ ਲੱਸੀ ਪੱਤੀ ਨਾ ਲੱਭੇ ਯਾਰ ਹੋਣਾ ਚਾਹੀਦਾ ਯਾਰ ਇਤਰਾਜ਼ ਨਹੀਂ ਹੋਣਾ ਬਸ ਯਾਰ ਇੰਤਜ਼ਾਮ ਵਿੱਚ ਇਤਰਾਜ਼ ਨਹੀਂ ਹੋਣਾ ਚਾਹੀਦਾ ਨਹੀਂ ਹਿੱਸਾ ਲੂਣਾ ਹੋਵੇ ਸਾਰਿਆਂ ਨੂੰ ਯਕਸਾ ਯਕਸਾ ਭਾਵੇਂ ਪਾਣੀ ਤੱਕ ਭਾਵੇਂ ਜੋ ਮਰਜ਼ੀ ਹੈ ਇੱਕ ਆਪਸ਼ਨ ਰੱਖ ਲਓ ਇੱਕ ਆਪਸ਼ਨ ਰੱਖ ਲਓ ਜਿਹੜਾ ਮੈਂ ਅੱਗੇ ਵੀ ਤੁਹਾਨੂੰ ਆਖਿਆ ਕਿ ਮਾਲਕ ਤੁਹਾਨੂੰ ਰਾਸ਼ਨ ਵਾਫਰ ਦੇ ਸਕਦਾ ਉਸ ਟਾਈਮ ਦੇ ਕਿਉਂਕਿ ਉਹਦੇ ਕੋਲ ਉਸ ਟਾਈਮ ਨਾਈ ਵਗੈਰਾ ਇੰਤਜ਼ਾਮੀ ਮੇਰਾ ਖਿਆਲ ਨਹੀਂ ਹੁੰਦਾ ਤੇ ਬੀਬੀਆਂ ਪਕਾ ਸਕਦੇ ਨੇ ਰੋਟੀਆਂ ਘਰੇ ਪਕਾਉਣ ਨੂੰ ਇੱਥੇ ਰਾਸ਼ਨ ਦਾ ਮੰਨਦਾ ਰਾਸ਼ਨ ਵਾਫਰ ਦੇ ਸੀ ਤੇ ਜਨਾਬ ਤੁਸੀਂ ਕਿਸੇ ਤੋਂ ਬਿਲ ਨਾ ਰਾਜ ਹੋ ਕਿਸ ਜਿੱਤੇ ਤੁਹਾਡਾ ਸੂਟਾ ਬਣਦਾ ਹੈ ਉਹ ਤੇ ਅਦਾ ਉਹ ਖਾ ਕੇ ਉਹਨੂੰ ਰਾਸ਼ਨ ਦੇ ਦੇ ਉਹ ਦੇ ਦੇ ਸੀ ਯਾਰ ਦੇ ਸੀ ਉਹ ਟਰਾਲ ਕਰ ਉਹਨੂੰ ਰਾਸ਼ਨ ਦੇ ਦੇ ਅੱਛਾ ਇਸ ਅਗਲੀ ਹੋਰ ਹੋਰ ਕੋ ਗੱਲ ਕੀ ਰਹਿ ਗਈ ਬਈ ਅਪਰਾਤਾ ਖਵਾਵੇ ਹਾਂ ਜਨਾਬ ਇਸ ਤਰ੍ਹਾਂ ਨਾਲ ਆ ਜਿਹੜੀਆਂ ਹਨ ਇਹਨਾਂ ਦੇ ਵਿੱਚ ਤੁਹਾਨੂੰ ਸਾਲਣ ਦੇ ਸੀ ਬਾਲਟੀਆਂ 'ਚ ਨਹੀਂ ਹੋਵਣ ਚਮਚਿਆਂ ਭਾਵੇਂ ਉਹ ਡੋਂਗੇ ਰੱਖੇ ਜਾਂ ਪਰੇਤਾ ਰੱਖੇ ਉਹ ਸੋਨਾ ਕਰ ਸੀ ਆਦੀ ਮਰਜ਼ੀ ਨਾਲ ਜਨਾਬ ਤੁਸੀਂ ਬੋਟੀਆਂ ਖਾਵਾਂ ਨਾਲ ਰੋਟੀ ਬਣਾ ਦਾਂਗੇ ਰੋਟੀ ਬਣਾ ਦਾਂਗੇ ਹਾਂ ਤੇ ਨਿਉਂਦਰਾ ਜਿਹੜਾ ਹੈ कणक दा जिहड़ा गवर्नमेंट रेट बन सी शुरू सीजन ते सारा साल तुहाडा नियंत्रण चल सी अगे नवे साल तो जो रेट बजा थोड़ा होवे घना होवे ओही रेट चल ठीक हो गया होर कोई गल इस तों इलावा नहीं कोई गल है मिलाद कोई सदा जो कोई खवाए बाकी रह गई कोई महफल करता है या खुदा वास्ता करता है ओने तो कोई पाबंदी नहीं एक बंदा जो रात नु अगे मैं करदा एक बंदा रात नु आज रख देता मिसाल मेरे को तू रात नु बिरा दे तंदा रात नु फंक्शन कर रहा यानी रोटी रात नु रखदा शादी ते रात नु रोटी किसे ने खाणी नहीं ਬਿਨਾਂ ਖਸਾ ਰੋਟੀ ਜਿੰਦੇ ਕੋਲ ਖਾਦੀ ਬਿਨਾਂ ਖਸਾ ਰਾਤ ਨੂੰ ਰੋਟੀ ਕਿਸੇ ਕੋਲ ਨਹੀਂ ਖਾਦੀ ਇਸ ਗੱਲ ਦਾ ਇਤਫਾਕ ਹੈ ਇਹ ਮੇਰਾ ਬਸ ਸਹੀ ਹੈ ਸਾਰੇ ਖਦਾ ਸਕਦਾ ਰਾਤ ਨੂੰ ਰਾਤ ਨੂੰ ਸਾਨੂੰ ਮਿਲਾਦ ਖਵਾ ਸਕਦਾ ਨਹੀਂ ਆਹ ਗੱਲ ਤੋਂ ਹਾਜੀ ਮੈਂ ਸਮਝੀ ਨਹੀਂ ਨਹੀਂ ਗੱਲ ਕੰਜਰੀਆਂ ਸਜਵਾਦਾ ਰਾਤ ਨਹੀਂ ਸਲਾਵੇ ਕੰਜਰੀਆਂ ਸੁਣਨੀਆਂ ਹੀ ਨਹੀਂ ਨਹੀਂ ਸੁਣਨੀਆਂ ਹੀ ਨਹੀਂ ਉਹ ਯਾਰ ਨਹੀਂ ਸੁਣਦੇ ਉਹ ਤੇ ਕੱਲਾ ਬਤ ਵੇਖੀ ਰੱਖੇ ਬਸ ਨਹੀਂ ਸੁਣਦੇ ਨਹੀਂ ਸੁਣਨੀ ਗੱਲ ਗਲਤ ਕਰਨੀ ਨਹੀਂ ਯਾਰ ਮੇਰੇ ਮੂੰਹ ਤੇ ਸੁਣਦੇ ਆ ਨਹੀਂ ਉਹ ਦਾਲੀਆਂ ਵੀ ਆਖੋ ਆਪੇ 1200 ਰੁਪਏ ਕੰਜਰੀਆਂ ਨੂੰ ਦੇਣਾ ਹਰ ਬੰਦੇ ਤੇ ਮੇਰੇ ਤੇ ਤੇਰੇ ਵੀ ਤੇਰੇ ਮੂੰਹ ਤੇ ਬੰਬੀ ਨੇ ਸ਼ੁਗਲਾ ਰਾਤੀ ਕਾਰ ਹੀ ਲੈਂਦੇ ਚਲੋ ਹੁਣ ਦੁਆ ਕਰੋ ਚਾ ਤੇ ਮਹਿਫਲ ਕੋ ਕਰਾਵੇ ਮਹਿਫਲ ਕੋ ਕਰਾਵੇ ਦਿਨੇ ਕਰਾਵੇ ਰਾਤ ਨੂੰ ਕਰਾਵੇ ਜੋ ਮਿਸਾਲੂ ਨਾ ਪਕਾਵੇ ਉਹ ਫਿਰ ਖਾ ਤੇ ਆ ਜਾਵੇ ਅਗਰ ਨਾ ਪਹੁੰਚੇ ਬਿਲ ਫਰਜ਼ ਉਹਦਾ ਇਤਰਾਜ਼ ਵੀ ਨਾ ਕਰੇ ਕੋਈ ਅਗਰ ਬੰਨਾ ਚਾਹੇ ਰੋਟੀ ਦੇ ਮੋੜ ਕੀ ਜਾ ਦੁਆ ਹੈ ਥੋੜੀ ਜੀ ਗੱਲ ਹੋਰੀ ਵੀ ਹੈ ਫੌਤਗੀ ਭਈ ਅੱਗੇ ਉਹ ਫਤਿਹ ਚਲੀ ਆਈ ਕਿਨਾ ਬਿਰਾ ਥੋੜਾ ਜਿਹਾ ਮੂੰਹ ਵਾ ਦਿੱਤਾ ਚਾ ਭਈ ਫੌਤਗੀ ਤੇ ਬਿਰਾ ਦੀ ਖਿਦਮਤ ਕਰਨੀ ਜ਼ਰੂਰ ਕਰਨੀ ਹੈ।
खत्म शरीफ हो काफी स्पेशल आ जाए बगैर आखे तो कम अज कम मेरा अंदाजा है हो सकता मैं गलत ना बोला 500 का ऑप्शन जरूर शादी तो नहीं आंदा फौजगी बंदा वाग जांदा चला जांदा 500 पाबंदी दी हुई कह गल होर जरूरी रह गई है जिहड़ी यह सारी रूटीन जिहड़ी गुफ्तगू हुई है सारे भाइयों की यह सिर्फ गुम्मे दे लेवल ते होई आप जो बरा बैठे ने सर गुमे दे लेवल आपको बखरा समझे ना करें ठीक है ना अज तो बाद तो मुझे गल सुन ले रहे थोड़े गल की जवाब तो देना चाहिए ठीक है तुम बिरादरी जानते ने वो तो कह लो ठोको जो थोड़ा ठोकता है जितनी शर्त लगी अपने घूमे के लेवल से हैं ठीक है बाकी एक्सट्रा जो तुम कुछ सदा सलूक करो जिम्मे रोटी करना चाहिए मिसाल मैं तो यही नहीं करा देना मिसाल तेरे दोबारा सुनेंगे अगर जेड़ा बंदा इन गलों तसीब नहीं करता मैं खड़ा हूँ जनाब अली सूबे का है चवान बिजु जेड़ा कोई घर भी है भावे मैं हाँ मैं तस्लीम नहीं करना बिल फर्ज कर लो ते उहदे नाल सलूक उवें करना है जिमी वो सारे ना कर गया मेरे नानके कर देना मैं शर्मी कर देना मैं ठोक देना 1200 अगर वो मेरी गल तस्लीम नहीं करते नहीं करते किसी भी सारे बेटे सारे भी नहीं करते ठीक उन्होंने लेवल रखो उ टूट चुका ना लेवल 500 वाला ही समझ आई नो बहुत 100 आ गया 10 मिनट
लड़की बैठी हुई आखिरी सारे भाइयों का फैसला ऐलान हो रहा है जितना तिकर पोत्र भी औलाद है लड़की भी औलाद जदों तक सारी औलाद तो खा लड़का है खा लड़की है सारी तो आजाद नहीं हों अपना न्योंदरा वखरा ही पास ठीक है जिसे वो मौत चुक हो जावे उन्दी वो हेक ना जा जावे बड़ो बड़ी हो जिसे उन्दी सारी गुलाद वो बड़ बड़ रहा ये ना ये ना ले ले उस वजह में ना मर्जी रह जाए तो उन्दी न्योंदरा खत्म हो चलो हम दुआ खैर जी करो बस अच्छा शादी शुदा दिखा दुआ चाचा के नहीं दुआ हो तुझे मर सा दुआ है का चाचा सवाल है कितना अपने बड़ा बैठा सवाल है कितना भाई कई कड़े बैठे हो ना तो बारे कुछ सोचा है नहीं अगर किसी बिरा की जरूरत हो किसी का बिरा लड़ा हो मेरे जिया वो मनिंदा हो अगर मुख्तार दे जाए बंदा आंदा है अगर मौलवी यास दे जाए मेरा तो आपस सूट तेन यार मैं अब्दुल्ला चल मना ना मेरे ना चलो पांच सात बंदे लाते मेरे बुआ तो मैं नहीं मनना पौधा की कर देना मेरी नहीं मन मैं ही करना नहीं भी सारा ठीक है आगे नहीं मन देना रहो चल मना भी आना चाहिए वो धक्के ना आप ही छोड़ के आगे तेरे को चल सर ना तू नहीं मतलब तेरी मर्जी मेरी अजय मसला मेरा मसला मैं तुम्हें चुप करके आए चुप कर तेरे को आए कोशिश करे करे तो हाथ चलो यार दुआ खैर करो सारे हाजिर है सारे कोशिश करो मेरा बिरा जावे साढ़े गए मनी जावे नहीं होता तेरा मुंह मुलाजा रख ली सी ते तू चल मेरा सारा ब्राह्मण हाथ कोई इतराज ना करे उंदे नाल तोर ड्रैक।